ਗੜਦੀਵਾਲਾ ਤੋਂ 8 ਕਿਲੋਮੀਟਰ ਦੂਰੀ ਤੇ ਪੈਂਦੇ ਕੰਢੀ ਦੇ ਪਿੰਡ ਮੂਨਕਾ ਵਿਖੇ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਭਗ 20 ਤੋਲੇ ਸੋਨਾ ਅਤੇ 60,000 ਰੁਪਏ ਦੀ ਨਕਦੀ ਚੋਰੀ ਕਰ ਲਈ ਗਈ। ਚੋਰੀ ਦੀ ਸੂਚਨਾ ਮਿਲਦੇ ਹੀ ਗੜਦੀਵਾਲਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਫਿੰਗਰ ਪ੍ਰਿੰਟ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੇਸ਼ ਹੈ ਵਿਸ਼ੇਸ਼ ਰਿਪੋਰਟ ਗੜਦੀਵਾਲਾ ਤੋਂ ਹੁਸ਼ਿਆਰਪੁਰ ਨਿਊਜ਼ ਦੇ ਨਾਲ ਹਰਪਾਲ ਭੱਟੀ, ਕਮਲਜੀਤ ਪਟੋਆ। ਚੋਰ ਆਈਡੀਆ ਪਤਾ ਨਹੀਂ, ਮੈਂ ਦੇਖੇ ਨਹੀਂ, ਤਾਂ ਕਹਿੰਦੇ 3-4 ਬੰਦੇ। 2:15 ਵਜੇ ਰੋਲਾ ਪਿਆ ਜੀ ਕਿ ਪਿੰਡ ਦੇ ਵਿੱਚ ਚੋਰ ਆ ਗਏ ਆ। ਅਸੀਂ ਸਾਰੇ ਉੱਠ ਕੇ ਚੋਰ ਦੇਖਣ ਦੇ ਲਈ ਚਲੇ ਗਏ ਕਿ ਅਸੀਂ ਫੜ ਲਈਏ ਉਹਨਾਂ ਨੂੰ, ਲੇਕਿਨ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਚੋਰ ਉੱਥੋਂ ਭੱਜ ਚੁੱਕੇ ਸੀਗੇ। ਜਦੋਂ ਅਸੀਂ ਘੁੰਮ ਕੇ ਸਾਰੇ ਪਿੰਡ ਦੇਖ ਕੇ ਆਏ, ਉਸ ਤੋਂ ਬਾਅਦ ਅਸੀਂ ਆਪਣੇ ਘਰ ਆ ਕੇ ਦੇਖਿਆ ਤਾਂ ਪਿਛਲੇ ਬੰਨਿਓਂ ਘਰ ਦੀ ਤਾਕੀ ਪੱਟੀ ਹੋਈ ਸੀ, ਗ੍ਰਿਲ ਪੱਟੀ ਹੋਈ ਸੀਗੀ। ਤਾਂ ਚੋਰ ਅੰਦਰ ਦਾਖਲ ਹੋ ਕੇ ਸਾਡੇ ਘਰ ਦਾ ਸਾਰਾ ਹੀ ਸਮਾਨ ਲੈ ਗਏ। ਇਹਨਾਂ ਨੇ ਕੁਛ ਵੀ ਨਹੀਂ ਛੱਡਿਆ, 20 ਤੋਲੇ ਸੋਨਾ ਸੀਗਾ, ਉਸ ਤੋਂ ਬਾਅਦ 60,000 ਤੇ 70,000 ਰੁਪਏ ਦੀ ਨਕਦੀ ਸੀਗੀ। ਸਾਡਾ ਕੁਛ ਜਲਦੀ ਤੋਂ ਜਲਦੀ ਕੀਤਾ ਜਾਵੇ,